ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਖ ਰਹੇ ਹੋ ਜੀ ਮੇਰੇ ਨਾਲ ਡੀਪੀਸੀ ਪੰਜਾਬੀ ਤੇ ਅੱਜ ਅਸੀਂ ਪਹੁੰਚਿਆ ਜੀ ਪਿੰਡ ਗੁਰਦਾਸ ਨੰਗਲ ਤੇ ਤੁਹਾਨੂੰ ਰੂਬਰੂ ਕਰਾਵਾਂਗੇ ਜੀ ਸਰਬਜੀਤ ਕੌਰ ਜੀ ਦੇ ਨਾਲ ਜੋ ਕਿ ਮਹਿਲਾ ਵਿੰਗ ਆਮ ਆਦਮੀ ਪਾਰਟੀ ਜਿਲ੍ਹਾ ਪ੍ਰਧਾਨ ਨੇ ਗੁਰਦਾਸਪੁਰ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਾਰਟੀ ਬਾਰੇ ਜਾਣਕਾਰੀ ਲਵਾਂਗੇ ਤੇ ਆਓ ਗੱਲ ਕਰਦੇ ਹਾਂ ਸਰਬਜੀਤ ਕੌਰ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਇਸ ਪਾਰਟੀ ਨੂੰ ਜੁਆਇਨ ਕੀਤੇ ਹੋ ਇੱਕ ਨਾਚ ਹੋਇਆ ਤੇ ਇਸ ਪਾਰਟੀ ਚ ਕਿਵੇਂ ਆਏ ਹਾਂਜੀ ਸਭ ਤੋਂ ਪਹਿਲਾਂ ਤੇ ਮੈਂ ਡੀਪੀਸੀ ਪੰਜਾਬੀ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸਾਰਿਆਂ ਦੇ ਰੂਬਰੂ ਕੀਤਾ ਔਰ ਮੈਨੂੰ ਮਾਨ ਸਤਕਾਰ ਦਿੱਤਾ ਤੇ ਮੈਂ ਉਹਨਾਂ ਦਾ ਬਹੁਤ ਹੀ ਜ਼ਿਆਦਾ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਜੋ ਮੇਰੀਆਂ ਖਬਰਾਂ ਲਾਉਂਦੇ ਨੇ ਤੇ ਇਹਨਾਂ ਨੂੰ ਅੱਗੇ ਤੱਕ ਪਹੁੰਚਾਉਂਦੇ ਨੇ ਬਾਕੀ ਰਹੀ ਪਾਰਟੀ ਦੀ ਗੱਲ ਤੇ ਮੈਂ ਪਾਰਟੀ ਵਿੱਚ ਮੇਰੇ ਮਦਰ ਤੁਰੇ ਸੀਗੇ ਤੇ ਉਹ 2015 ਤੋਂ ਸੀਗੇ ਛੋਟੇਪੁਰ ਦੇ ਨਾਲ ਤੇ ਫਿਰ ਉਹਨਾਂ ਦੇ ਨਾਲ ਮੈਂ ਹੌਲੀ-ਹੌਲੀ ਸ਼ਿੱਦਤ ਕੀਤੀ ਪਾਰਟੀ 'ਚ ਮੈਂ ਪਹਿਲੀ ਵਾਰ ਕਿਸੇ ਪਾਰਟੀ ਨੂੰ ਬਿਲੋਂਗ ਕੀਤਾ ਮੈਂ ਪਹਿਲਾਂ ਕਦੀ ਕਿਸੇ ਪਾਰਟੀ ਵਿੱਚ ਨਹੀਂ ਸੀ ਆਈ ਹੈਗੀ ਤੇ ਪਹਿਲੀ ਵਾਰ ਮੈਨੂੰ ਇਹ ਇਮਾਨਦਾਰ ਪਾਰਟੀ ਲੱਗੀ ਮੈਨੂੰ ਇਹਦਾ ਵजूद ਵਧੀਆ ਲੱਗਿਆ ਕੇਜਰੀਵਾਲ ਸਾਹਿਬ ਸੁਪਰੀਮੋ ਜਿਹੜੇ ਸੀ ਉਹ ਮੈਨੂੰ ਬਹੁਤ ਵਧੀਆ ਲੱਗੇ ਇਸ ਕਰਕੇ ਪਹਿਲੇ ਵੀ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਸੀ ਪਰ ਮੈਂ ਕਦੀ ਵੀ ਕਿਸੇ ਪਾਰਟੀ 'ਚ ਨਹੀਂ ਸੀ ਗਈ ਪਰ ਇਹਨਾਂ ਦੀਆਂ ਨੀਤੀਆਂ ਤੇ ਗੁਰਨੀਤੀਆਂ ਦੇਖ ਕੇ ਮੈਂ ਪਾਰਟੀ ਨੂੰ ਕਿਸੇ ਨੂੰ ਬੁਲਾਉਣੇ ਸੀ ਕਰਦੀ ਲੇਕਿਨ ਮੈਨੂੰ ਥੋੜੀ ਜਿਹੀ ਇੱਕ ਆਸ ਦੀ ਕਿਰਨ ਨਜ਼ਰ ਆਈ ਕਿ ਅਗਰ ਇਹ ਪਾਰਟੀ ਨਵੀਂ ਹੁੰਦੀ ਆ ਅ ਕੇਜਰੀਵਾਲ ਸਾਹਿਬ ਜਿਸ ਤਰ੍ਹਾਂ ਉਹਨਾਂ ਨੇ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚ ਆਪਣੀ ਜਿੱਦਤ ਕੀਤੀ ਸੀ ਤੇ ਮੈਂ ਉਹਨਾਂ ਨੂੰ ਫੋਲੋ ਕਰਦੀ ਸੀਗੀ ਤੇ ਮੈਂ ਜਦੋਂ ਉਹਨਾਂ ਨੂੰ ਦੇਖਦੀ ਸੀ ਤਾਂ ਮੇਰੇ ਮਨ 'ਚ ਸੀਗਾ ਕਿ ਅਗਰ ਇਹ ਪੰਜਾਬ ਵਿੱਚ ਆਉਣਗੇ ਤਾਂ ਪੰਜਾਬ ਦਾ ਕੁਝ ਸੁਧਾਰ ਹੋਵੇਗਾ ਇਸ ਕਰਕੇ ਉਸੇ ਚੀਜ਼ ਨੂੰ ਮੇਰੇ ਮਦਰ ਚੱਲੇ ਤੇ ਮੈਂ ਉਹਨਾਂ ਦਾ ਪੱਲਾ ਫੜ ਫੜ ਕੇ ਹੁਣ ਤੱਕ ਇੱਥੇ ਤੱਕ ਪਹੁੰਚ ਗਈਆਂ ਬਹੁਤ ਵਧੀਆ ਗੱਲ ਆ ਜੀ ਵੱਡਿਆਂ ਦੇ ਨਕਸ਼ੇ ਕਦਮ ਤੇ ਚੱਲਣਾ ਵੀ ਚਾਹੀਦਾ ਆ ਤੇ ਤੁਸੀਂ ਵੱਡਿਆਂ ਦੇ ਨਕਸ਼ੇ ਕਦਮ ਤੇ ਚੱਲ ਕੇ ਇੱਥੋਂ ਤੱਕ ਪਹੁੰਚੇ ਜੇ ਬੜੀ ਵੱਡੀ ਗੱਲ ਆ ਕਿ ਇੱਕ ਜ਼ਿਲ੍ਹਾ ਪ੍ਰਧਾਨ ਹੋਣਾ ਮਹਿਲਾ ਵਿੰਗ ਦੇ ਆਮ ਆਦਮੀ ਪਾਰਟੀ ਦੇ ਤੇ ਇੱਥੇ ਇੱਕ ਨਾ ਸਵਾਲ ਨਿਕਲ ਕੇ ਸਾਹਮਣੇ ਆਉਂਦਾ ਆ ਜਿਵੇਂ ਕਿ ਸਭ ਨੂੰ ਪਤਾ ਆ ਕਿ ਇਸ ਪਾਰਟੀ ਨੇ ਹਰ ਇੱਕ ਅ ਮੈਂਬਰ ਨੂੰ ਨਵੇਂ ਸਿਰੇ ਤੋਂ ਲਿਆ ਨਵੇਂ ਮੈਂਬਰ ਜੁੜੇ ਪੁਰਾਣਾ ਕੋਈ ਮੈਂਬਰ ਨਹੀਂ ਲਿਆ ਬਹੁਤ ਘੱਟ ਜਿਹੜੇ ਆ ਪੁਰਾਣੇ ਮੈਂਬਰ ਨੇ ਤੁਸੀਂ ਇਰ ਵਿੱਚ ਮੈਨੂੰ ਦੱਸੋ ਵੀ ਨਵੇਂ ਮੈਂਬਰਾਂ ਦੇ ਸਿਰ ਤੇ ਜਿਹੜੀ ਪਾਰਟੀ ਨੇ ਗੇਮ ਖੇਡੀ ਭਗਵੰਤ ਮਾਨ ਜੀ ਇੱਕ ਬਹੁਤ ਮਸ਼ਹੂਰ ਚਿਹਰੇ ਸੀ ਉਹਨਾਂ ਦੇ ਪਿੱਛੇ ਨਵੇਂ ਚਿਹਰੇ ਜਿਹੜੇ ਆ ਉਹ ਵੀ ਇਥੋਂ ਜਿੱਤ ਪ੍ਰਾਪਤ ਕਰਕੇ ਗਏ ਨੇ ਪਰ ਤੁਹਾਨੂੰ ਲੱਗਦਾ ਵੀ ਇਹ ਪਾਰਟੀ ਲੌਂਗ ਟਾਈਮ ਤੱਕ ਚੱਲੇਗੀ ਹਾਂਜੀ ਇਹ ਤੁਸੀਂ ਇੱਕ ਬਹੁਤ ਵੱਡਾ ਪ੍ਰੈਸ਼ਨ ਹੈ ਸਾਰਿਆਂ ਦੀ ਲਾਈਫ ਚ ਤੇ ਇਹ ਇਦਾਂ ਸੀਗਾ ਕਿ ਅਸੀਂ ਇਦਾਂ ਨਹੀਂ ਕਹਿ ਸਕਦੇ ਹੈਗੇ ਕਿ ਸਾਰੇ ਉਹਨਾਂ ਨੇ ਨਵੇਂ ਬੰਦੇ ਲਏ ਆ ਲੇਕਿਨ ਤੁਸੀਂ ਦੱਸੋ ਕਿ ਜਿਹੜੇ ਅਗਰ ਅਸੀਂ ਉਹਨੇ ਕ ਬੰਦਿਆਂ ਤੱਕ ਸੀਮਤ ਰਵਾਂਗੇ ਤਾਂ ਅਸੀਂ 24 ਵਿੱਚ ਕਿੱਦਾਂ ਜਿੱਤਾਂਗੇ ਇਸ ਕਰਕੇ ਸਾਨੂੰ ਉਹਨਾਂ ਭੈਣ ਭਰਾਵਾਂ ਨੂੰ ਜੋ ਸਾਡੇ ਤੋਂ ਵਿਛੜ ਗਏ ਸੀ ਉਹਨਾਂ ਨੂੰ ਨਾਲ ਲੈਣਾ ਹੀ ਪੈਣਾ ਤੇ ਇਹ ਚੀਜ਼ ਪੁਰਾਣੇ ਬੰਦਿਆਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਆ ਅਗਰ ਅਸੀਂ ਸੰਗਠਨ ਚਾ ਅਗਰ ਅਸੀਂ ਕਿਸੇ ਦੇਸ਼ ਭਾਵਨਾ ਨਾਲ ਆਏ ਆ ਅਗਰ ਅਸੀਂ ਕੁਝ ਨਹੀਂ ਚਾਹੁੰਦੇ ਇੱਕ ਆਪਣੇ ਪੰਜਾਬ ਦੇ ਵਾਸਤੇ ਸੁਧਾਰ ਚਾਹੁੰਦੇ ਆ ਤੇ ਫੇਰ ਸਾਨੂੰ ਇਹ ਜਿਹੜੀਆਂ ਗੱਲਾਂ ਵਾਂ ਇਹਨਾਂ ਨੂੰ ਪਿੱਛੇ ਹਟਾਉਣਾ ਪੈਗਾ ਉਹ ਵੀ ਜਿਹੜੇ ਉਸ ਪਾਰਟੀਆਂ ਚ ਆਇਆ ਕਾਲੀ ਕਾਂਗਰਸ ਜਾਂ ਕਿਸੇ ਤੋਂ ਵੀ ਆਇਆ ਉਹ ਸਾਰੇ ਉਹਨਾਂ ਦੀ ਮਜਬੂਰੀ ਸੀਗੀ ਕਿ ਉਹਨਾਂ ਦੇ ਵਿੱਚ ਰਹਿਣਾ ਤੇ ਚਲੋ ਕਿਸੇ ਸਰਕਾਰ ਨੇ ਕੁਝ ਕੀਤਾ ਜਾਂ ਨਹੀਂ ਕੀਤਾ ਪਰ ਅੱਜ ਅਸੀਂ ਇਹ ਦੇਖਣਾ ਕਿ ਅਸੀਂ ਕੀ ਕਰਦੇ ਆ ਬਿਲਕੁਲ ਸਹੀ ਗਿਆ ਤੁਸੀਂ ਅ ਮੈਨੂੰ ਇੱਕ ਗੱਲ ਦਾ ਤੁਸੀਂ ਛੋਟਾ ਜਿਹਾ ਹੋਰ ਜਵਾਬ ਦਿਓ ਕਿ ਅੱਜ ਮਹਿਲਾ ਵਿੰਗ ਦੇ ਨਾਲ ਜੁੜ ਕੇ ਪ੍ਰਧਾਨ ਦੀ ਤੁਸੀਂ ਪ੍ਰਧਾਨਗੀ ਕਰ ਰਹੇ ਹੋ ਜ਼ਿਲ੍ਹਾ ਗਰਦਾਸਪੁਰ ਤੋਂ ਸਰਬਜੀਤ ਕੌਰ ਅੱਜ ਆਪਣੇ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਕਿੱਥੇ ਦੇਖਦੇ ਨੇ ਤੇ ਕਿਵੇਂ ਦੇਖਦੇ ਨੇ ਅੱਗੇ ਉਹਨਾਂ ਦੀ ਕੀ ਕੋਈ ਕਾਰਗੁਜ਼ਾਰੀਆਂ ਨੇ ਤੇ ਅੱਗੇ ਵਧਣ ਵਾਸਤੇ ਉਹ ਕੀ ਕਰ ਰਹੇ ਨੇ ਹਾਂਜੀ ਅ ਮੈਂ ਸਭ ਤੋਂ ਪਹਿਲਾਂ ਤੇ ਇਹ ਕਹਿਣਾ ਚਾਹਾਂਗੀ ਕਿ ਮੈਂ ਇੱਕ ਫਰੀडम फाइਟਰ ਹਾਂ ਤੇ ਮੈਂ ਇੱਕ ਸੁਤੰਤਰਤਾ ਪਰਿਵਾਰ ਦੀ ਬੇਟੀ ਆ ਮੇਰੇ ਦਾਦਾ ਜੀ ਨੇ ਵੀ ਮਹਾਤਮਾ ਸਿੰਘ ਭਗਤ ਸਿੰਘ ਨਾਲ ਜੇਲ੍ਹਾਂ ਕੱਟੀਆਂ ਸੀ 1900 ਜਦੋਂ ਜਲਿਆਂਵਾਲਾ ਸਾਕਾ ਹੋਇਆ ਸੀ ਉਦੋਂ ਵੀ ਮੇਰੇ ਦਾਦਾ ਜੀ ਉੱਥੇ ਸੀ ਜਦ ਜਨਰਲ ਡਾਇ ਨੇ ਗੋਲੀ ਚਲਾਈ ਸੀ ਤੇ ਇਸ ਕਰਕੇ ਉਹਨਾਂ ਨੂੰ ਮਤਲਬ ਇਹ ਜਿਹੜਾ ਮੈਨੂੰ ਅੱਜ ਵੀ ਵਿਰਸੇ ਵਿੱਚ ਮਿਲਿਆ ਜੋ ਮੇਰਾ ਜਨੂਨ ਆ ਉਹ ਮੈਨੂੰ ਵਿਰਸੇ 'ਚ ਮਿਲਿਆ ਤੇ ਪਾਰਟੀ ਮੈਨੂੰ ਕਿਸੇ ਨਜ਼ਰ ਨਾਲ ਦੇਖਦੀ ਆ ਮੈਂ ਇਹ ਕਿਸੇ ਚੀਜ਼ ਦੀ अहमियत ਨਹੀਂ ਰੱਖਦੀ ਪਰ ਮੈਂ ਅੱਗੋਂ ਆਪਣੇ ਜਨੂਨ ਨਾਲ ਕਿੰਨਾ ਲੜ ਸਕਦੀ ਆ ਮੈਂ ਇਸ ਚੀਜ਼ ਨੂੰ अहमियत ਦਿੰਨੀ ਆ ਔਰ ਬਹੁਤ ਸਾਰੇ ਆਪਣੇ ਭੈਣ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹਾਂਗੀ ਕਿ ਜੇ ਵਾਅਕੇ ਸੀ ਪੰਜਾਬ ਦਾ ਸੁਧਾਰ ਚਾਹਨੇ ਆ ਤੇ ਸਾਨੂੰ ਨਿਰਸਵਾਰਥ ਅੱਗੇ ਆਉਣਾ ਚਾਹੀਦਾ ਬਿਲਕੁਲ ਗੱਲ ਤੁਸੀਂ 16 ਨੇ ਕਹੀ ਹੈ ਜਿਵੇਂ ਕਿ ਆਪਾਂ ਕਹਿੰਨੇ ਆ ਕਿ ਬਹੁਤ ਸਾਰੀਆਂ ਪਾਰਟੀਆਂ ਨੂੰ ਦੇਖਿਆ ਸੀ ਬਹੁਤ ਸਾਰੀਆਂ ਪਾਰਟੀਆਂ ਨੇ ਬੜੇ ਕੰਮ ਕੀਤੇ ਕਈ ਕਈ ਲੈਵਲ ਤੱਕ ਪਾਰਟੀਆਂ ਨੇ ਸਾਨੂੰ ਲੈ ਕੇ ਜਾ ਕੇ ਫਿਰ ਉੱਤੋਂ ਥੱਲੇ ਸੁੱਟ ਦਿੱਤਾ ਇਵੇਂ ਹੁਣ ਸਾਡੀ ਆਮ ਆਦਮੀ ਪਾਰਟੀ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਲੈ ਕੇ ਜਾ ਰਹੀ ਏ ਕਾਫੀ ਜ਼ਿਆਦਾ ਜਿਹੜੇ ਆ ਸਾਨੂੰ ਜਿਹੜੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਫਾਇਦੇ ਦੇ ਰਹੀ ਏ ਆਪਾਂ ਇੱਥੇ ਇੱਕ ਛੋਟਾ ਜਿਹਾ ਸਵਾਲ ਹੋਰ ਨਿਕਲ ਕੇ ਆਉਂਦਾ ਵੀ ਆਮ ਆਦਮੀ ਪਾਰਟੀ ਸਾਨੂੰ ਫਾਇਦੇ ਦੇ ਰਹੀ ਏ ਕੀ ਦੂਸਰੀਆਂ ਪਾਰਟੀਆਂ ਵਾਂਗੂ ਉਹ ਵੀ ਉੱਪਰ ਜਾ ਕੇ ਹੁਣ ਥੱਲੇ ਸੁੱਟਣ ਦੀ ਕੋਸ਼ਿਸ਼ ਕਰੇਗੀ ਕਿ ਜਾਂ ਬਿਲਕੁਲ ਉੱਪਰ ਹੀ ਲੈ ਕੇ ਜਾਏਗੀ ਫਿਲਹਾਲ ਤੇ ਜੋ ਵੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਔਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਜਿਹੜੀ ਆਧਾਰਤਾ ਵਾ ਉਹ ਬਿਲਕੁਲ ਨੇੜ ਸਵਾਰਤਾ ਔਰ ਉਹ ਚਾਹੁੰਦੇ ਆ ਕਿ ਜੋ ਪੰਜਾਬ ਦੇ ਵਿੱਚ ਪਹਿਲੀ ਗੱਲ ਤੇ ਅਜੇ ਸਾਡੀ ਪਾਰਟੀ ਇੱਕ ਬੱਚਾ ਵਾ ਉਹਨੇ ਰੜਨਾ ਸਿੱਖਿਆ ਤੇ ਜਿਸ ਦਿਨ ਇਹ ਤੁਰਨਾ ਸਿੱਖ ਗਏ ਤੇ ਜ਼ਰੂਰ ਕੁਝ ਨਾ ਕੁਝ ਹੋਏਗਾ ਕਿਉਂਕਿ ਉਹਨਾਂ ਨੇ ਜਿੰਨੇ ਆਪਣੇ ਵਾਦੇ ਪੂਰੇ ਕੀਤੇ ਆ ਬਹੁਤ ਸਾਰੇ ਬਹੁਤ ਹੱਦ ਤੋਂ ਵੱਧ ਉਹਨਾਂ ਨੇ ਆਪਣੇ ਵਾਦੇ ਪੂਰੇ ਕੀਤੇ ਆ ਉਹਨਾਂ ਨੇ ਜਿੰਨੀਆਂ ਗਰੰਟੀਆਂ ਕੇ ਗਈਆਂ ਸੀ ਉਸ ਤੋਂ ਅੱਧੀਆਂ ਵਿਚਲੀਆਂ ਤੇ ਉਹਨਾਂ ਨੇ ਪੂਰੀਆਂ ਕਰ ਦਿੱਤੀਆਂ ਨੇ ਹੁਣ ਆ ਰੇਤ ਦਾ ਤੁਸੀਂ ਦੇਖ ਲਓ ਤੇ ਰਵੇਟ ਕਰ ਰਹੇ ਨੇ ਉਹ ਤੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪਾਰਟੀ ਅਗਰ ਸਾਡੇ ਵਰਕਰ ਸਾਡਾ ਸੰਗਠਨ ਮੈਂ ਉਹ ਵੀ ਇਹ ਗੱਲ ਕਹਿਣਾ ਚਾਹਾਂਗੀ ਕਿ ਜੇ ਸਾਡਾ ਸੰਗਠਨ ਤੇ ਸਾਡੀ ਪਾਰਟੀ ਦੇ ਵਿੱਚ ਜੋ ਇੱਕ ਨਮੈਂਦਾ ਇੱਕ ਮਾਂ ਇੱਕ ਜ਼ਿਲ੍ਹੇ ਦਾ ਸੰਗਠਨ ਇੱਕ ਮਾਂ ਹੁੰਦੀ ਆ ਅਗਰ ਉਹ ਸਾਰੇ ਮੋਢੇ ਨਾਲ ਮੋਢਾ ਲਾ ਕੇ ਫਿਰ ਤੋਂ ਇਸ ਪਾਰਟੀ ਨੂੰ ਅਹੀਂ ਸੁਪਰੀਮੋ ਨੂੰ ਆਪਣੇ ਪ੍ਰਧਾਨ ਮੰਤਰੀ ਤੱਕ ਦੇਖਣਾ ਚਾਹੁੰਦੇ ਆ ਤੇ ਸਾਨੂੰ ਇਹ ਯੋਗਦਾਨ ਦੇਣਾ ਹੀ ਪੈਣਾ ਬਿਲਕੁਲ ਸਹੀ ਕਿਹਾ ਤੁਸੀਂ ਮੈਂ ਇੱਕ ਮੇਰੇ ਦਿਮਾਗ ਜਾ ਰਿਹਾ ਹੈ ਕਿ ਹੁਣ ਜਿਹੜੀਆਂ ਨੇ ਜਿਮਣੀ ਚੋਣਾ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਤੋਂ ਕੁਝ ਚੰਨਣਾ ਪਾਣਾ ਚਾਹੋਗੇ ਹਾਂਜੀ ਉਹ ਜਦ ਪਹਿਲੇ ਵੀ ਜਿਮਣੀ ਚੋਣਾ ਸੰਗਰੂਰ ਵਿੱਚ ਸਰਦਾਰ ਗੁਰਮੀਲ ਸਿੰਘ ਦੇ ਹੱਕ ਵਿੱਚ ਹੋਈ ਸੀ ਤੇ ਉੱਥੇ ਸਾਨੂੰ ਇਹ ਵੇਖਣ ਨੂੰ ਮਿਲਿਆ ਸੀਗਾ ਕਿ ਉਦੋਂ ਅਸੀਂ ਨਵੇਂ ਸੀਗੇ ਸਾਰੇ ਜੇ ਪਾਰਟੀ ਦੋ ਆਪਣਾ ਨਹੀਂ ਸੀ ਹੋਈ ਉਹਦੇ ਕਰਕੇ ਉਹ ਥੋੜਾ ਜਿਹਾ ਉਤਰਾ ਚੜਾ ਆਇਆ ਸੀ ਲੇਕਿਨ ਹੁਣ ਇਹ ਜਿਹੜਾ ਮੈਸੇਜ ਜਲੰਧਰ ਜਿਮਨੀ ਚੋਨਾ ਹੋ ਰਹੀਆਂ ਹੋਰ ਵੀ ਬਹੁਤ ਜਗ੍ਹਾ ਤੇ ਇਲੈਕਸ਼ਨ ਹੋਣੀਆਂ ਤੇ ਇਹ ਇੱਕ ਸੰਗਠਨ ਦੇ ਤੌਰ ਤੇ ਜੇ ਅਸੀਂ ਇਕੱਠੇ ਰਵਾਂਗੇ ਤੇ ਅਸੀਂ ਹਰ ਚੀਜ਼ ਦੇ ਉੱਤੇ ਜਿੱਤ ਪਾ ਸਕਦੇ ਬਿਲਕੁਲ ਜੀ ਚੰਡੀਗੜ੍ਹ ਦੇ ਵਿੱਚ ਤੁਸੀਂ ਜਿਹੜਾ ਆ ਬੀਜੇਪੀ ਦਫ਼ਤਰ ਦਾ ਘਰਾਓ ਕੀਤਾ ਸੀ ਉਹਦੇ ਵਿੱਚ ਘਰਾਓ ਕਰਨ ਦਾ ਕਾਰਨ ਕੀ ਸੀ ਉਹ ਘਰਾਓ ਕਰਨ ਦੇ ਨਾਲ ਤੁਹਾਨੂੰ ਕਿੰਨੇ ਪਰਸੈਂਟ ਚਾਂਸ ਹੈ ਕਿ ਸਰਕਾਰ ਤੱਕ ਤੁਹਾਡੀ ਗੱਲ ਪਹੁੰਚੀ ਤੇ ਕਿੰਨੇ ਪਰਸੈਂਟ ਇਹ ਚਾਂਸ ਨੇ ਕਿ ਸਰਕਾਰ ਉਹਨਾਂ ਦੇ ਉੱਤੇ ਕੰਮ ਕਰੇਗੀ ਹਾਂਜੀ ਇਹ ਬਹੁਤ ਵੱਡੀ ਗੱਲ ਸੀਗੀ ਅ ਅਸੀਂ ਗਏ ਸੀ 12 ਤਰੀਕ ਨੂੰ ਉੱਥੇ ਘਰਾਓ ਕੀਤਾ ਸੀਗਾ ਤੇ ਪਹਿਲੇ ਵੀ ਅਸੀਂ ਜਦੋਂ ਧਰਮ ਸੋਧ ਨੇ ਵਜੀਫੇ ਡੱਕਲੇ ਸੀ ਬੱਚਿਆਂ ਦੇ ਤੁਹਾਨੂੰ ਪਤਾ ਹੀ ਆ ਤੇ ਐਸੀ ਵਿੰਗ ਦੇ ਸਾਰੇ ਤੇ ਉਦੋਂ ਵੀ ਅਸੀਂ ਰਾਤ ਦਿਨ ਇਹ ਪ੍ਰਣ ਕੀਤਾ ਸੀਗਾ ਅਸੀਂ ਡੀਸੀ ਦਫ਼ਤਰ ਤਰਨਾ ਲਗਾਇਆ ਸੀਗਾ ਤੇ ਉੱਥੇ ਜਦ ਧਰਨੇ ਦੇ ਵਿੱਚ ਅਸੀਂ 4 ਦਿਨ ਸਾਡੇ ਬੀਤੇ ਸੀ ਹਲੇ ਤੇ 4 ਦਿਨ ਬਾਅਦ ਜਿਹੜਾ ਇਹਨਾਂ ਨੇ ਮੰਨ ਲਿਆ ਸੀਗਾ ਤੇ ਅੱਜ ਵੀ ਤੁਸੀਂ ਦੇਖ ਲਓ ਮੰਨਣਾ ਪੈਣਾ ਇਹਨਾਂ ਨੂੰ ਕਿਉਂਕਿ ਕਿਸਾਨਾਂ ਨੇ ਜਦੋਂ ਦਿੱਲੀ ਵਿੱਚ ਆਪਣਾ ਕੀਤਾ ਅੰਦੋਲਨ ਤੇ ਇਹਨਾਂ ਨੂੰ ਮੰਨਣਾ ਹੀ ਪਿਆ ਸੀਗਾ ਤੇ ਇਸ ਕਰਕੇ ਜੇ ਪੰਜਾਬ ਵਿੱਚ ਧੱਕਾ ਕਰਨਗੇ ਤੇ ਫੇਰ ਇਹ ਗਲਤ ਨੀਤੀਆਂ ਕੁ ਨੀਤੀਆਂ ਅਪਣਾ ਕੇ ਪੰਜਾਬ ਦੀ ਲੁੱਟਖਸੁੱਟ ਨਹੀਂ ਕਰ ਸਕਦੇ ਤੇ ਅੱਜ ਸਾਡੇ ਪੰਜਾਬੀ ਪਹਿਲਾਂ ਹੀ ਬਹੁਤ ਜ਼ਮੀਨ ਲੈਵਲ ਤੇ ਚੱਲ ਰਹੇ ਨੇ ਤੇ ਇਹ ਹੋਰ ਡੇਗਣ ਦੀ ਕੋਸ਼ਿਸ਼ ਕਰ ਰਿਹਾ ਇਸ ਕਰਕੇ ਕੋਈ ਵੀ ਪੰਜਾਬੀ ਜਿਹੜਾ ਬਰਦਾਸ਼ਤ ਨਹੀਂ ਕਰੇਗਾ ਕਿ ਸਾਡੇ ਪੰਜਾਬ ਨੂੰ ਲੁੱਟ ਕੇ ਬਾਹਰ ਦੇ ਦੇਸ਼ਾਂ ਵਿੱਚ ਪੈਸਾ ਦੇ ਕੇ ਤੇ ਉਹਨਾਂ ਨੂੰ ਅਮੀਰ ਬਣਾਇਆ ਜਾਏ ਔਰ ਸਾਡੂ ਜ਼ੀਰੋ ਗਰੋਥ ਤੇ ਲਿਆ ਜਾਏ ਸਾਡੀ ਆਮ ਆਦਮੀ ਪਾਰਟੀ ਸਾਡੀ ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲਈ ਕੀ ਕੀ ਕਰ ਰਹੀ ਹੈ ਅੱਗੇ ਕਿਵੇਂ ਗਰੋਥ ਕੀਤਾ ਜਾਏਗਾ ਪੰਜਾਬ ਨੂੰ ਲੈ ਕੇ ਇਹਦੇ ਤੇ ਤੁਸੀਂ ਕੁਝ ਚਾਣਨਾ ਜ਼ਰੂਰ ਪਾਓ ਹਾਂਜੀ ਸਾਡੀ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸੁਪਰੀਮੋ ਉਹ ਬਹੁਤ ਕੁਝ ਕਰ ਰਹੇ ਨੇ ਉਹਨਾਂ ਦੇ ਜਿਹੜੇ ਭਗਵੰਤ ਮਾਨ ਸੀ ਉਹ ਤੁਹਾਨੂੰ ਪਤਾ ਪਹਿਲੇ ਤੋਂ ਹੀ ਆਪਣੀ ਭਾਵਨਾ ਤੇ ਨਾਲ ਚੱਲੇ ਨੇ ਤੇ ਜਿੱਥੋਂ ਤੱਕ ਮੇਰਾ ਖਿਆਲ ਆ ਕਿ ਮੈਂ ਇੰਨੀ ਉਮੀਦ ਰੱਖਦੀ ਆ ਕਿ ਉਹ ਪੰਜਾਬ ਨੂੰ ਜਿਹੜਾ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਉਹ ਦੁਬਾਰਾ ਉਸ ਪੰਜਾਬ ਨੂੰ ਸੋਨੇ ਦੀ ਚਿੜੀਆ ਬਣਾ ਦੇਣਗੇ ਆ ਬਾਤ ਹੈ ਜੀ ਬਹੁਤ ਵਧੀਆ ਜੀ ਪੰਜਾਬ ਸਹੀ ਮਾਇਨੇ ਸੋਨੇ ਦੀ ਚਿੜੀਆ ਸੀ ਤੇ ਜੇਕਰ ਹੁਣ ਤੱਕ ਦੇਖਿਆ ਜਾਏ ਤੇ ਲੋਹੇ ਦੀ ਵੀ ਨਹੀਂ ਰਹਿ ਗਿਆ ਕਾਫੀ ਜਿਆਦਾ ਲੀਡਰਾਂ ਨੇ ਲੁੱਟਾ ਖੋਟਾ ਕੀਤੀਆਂ ਲੀਡਰਾਂ ਦੇ ਥਰੂ ਜਿਹੜੇ ਆ ਕੱਪਲੇ ਬਹੁਤ ਜਿਆਦਾ ਜਿਹੜਾ ਤੁਸੀਂ ਜਾਣਦੇ ਹੋ ਕਿ ਪੰਜਾਬ ਨੂੰ ਖਾ ਪੀ ਕੇ ਪਾਰਟੀਆਂ ਜਿਹੜੀਆਂ ਨੇ ਸੈਟ ਤੇ ਹੁੰਦੀਆਂ ਗਈਆਂ ਤੁਸੀਂ ਇੱਕ ਉਮੀਦ ਜਗਾਈ ਆਮ ਆਦਮੀ ਪਾਰਟੀ ਨੇ ਕਿ ਇਹ ਪਾਰਟੀ ਜਿਹੜੀ ਏ ਲੋਕਾਂ ਦੀਆਂ ਜਿਹੜੀਆਂ ਚਾਹਤਾਂ ਨੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਖਰਾ ਉਤਰੇਗੀ ਤੇ ਜਾਂ ਨਹੀਂ ਉਤਰੇਗੀ ਬਿਲਕੁਲ ਮੈਂ ਤਾਂ ਸਾਰੇ ਤਾਂ ਇਹੀ ਮੰਗ ਕਰਦੀ ਆ ਕਿ ਸਾਨੂੰ ਕਹਿੰਦੇ ਨਾ ਨੇਕੀ ਕਰ ਤੇ ਦਰਿਆ ਵਿੱਚ ਫੈਂਕ ਤੇ ਜੇ ਅਸੀਂ ਚਾਹੁੰਦੇ ਆ ਤੁਸੀਂ ਮੈਨੂੰ ਦੱਸੋ ਕਿ ਜਦੋਂ ਭਗਤ ਸਿੰਘ ਦਾ ਸ਼ਹੀਦਾਂ ਚ ਨਾਮ ਆਇਆ ਸੀ ਤੇ ਭਗਤ ਸਿੰਘ ਵੀ ਸੀਗੇ ਤੇ ਉਹਨਾਂ ਦੇ ਨਾਲ ਕਿੰਨੇ ਸ਼ਹੀਦ ਹੋਏ ਸੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਇੱਕ ਲੀਡਰ ਪੈਦਾ ਹੋ ਗਿਆ ਤੇ ਉਹਦੇ ਨਾਲ ਜਿੰਨੇ ਉਹ ਪਿੱਛੇ ਲਾਈਨ 'ਚ ਲੱਗੇ ਆ ਉਹ ਰੱਬ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਣੇ ਲੋਕਾਂ ਵਾਸਤੇ ਕੀ ਕਰ ਰਹੇ ਹਾਂ ਇੱਕ ਜਨੂਨ ਆ ਔਰ ਇਸ ਜਨੂਨ ਨੂੰ ਜ਼ਿੰਦਾ ਰੱਖਣ ਵਾਸਤੇ ਜੋ ਇਨਸਾਨ ਅੱਗੇ ਆਂਦਾ ਉਹਨੂੰ ਰੱਬ ਵੀ ਦੇਖਦਾ ਤੇ ਜੇ ਅਸੀਂ ਕਿਸੇ ਨੀਤੀਆਂ ਨਾਲ ਕਿਸੇ ਔਦੀਆਂ ਦੇ ਕਰਕੇ ਜਾਂ ਅਸੀਂ ਇਹ ਚਾਹੁੰਦੇ ਆ ਕਿ ਹਾਏ ਸਾਨੂੰ ਫਟਾਫਟ ਆਪਣੇ ਵਾਸਤੇ ਤੇ ਹਰ ਕੋਈ ਕਰਦਾ ਬੰਦਾ ਤੇ ਉਹ ਜਿਹੜਾ ਦੂਸਰੇ ਵਾਸਤੇ ਕਰੇ ਇੱਕ ਸਵਾਲ ਹੋਰ ਛੋਟਾ ਜਿਹਾ ਕੀ ਸਰਬਜੀਤ ਕੌਰ ਜੀ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਹੀ ਰਹਿਣਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਜਾਂ ਸਰਪੰਚੀ ਜਾਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਲੈਵਲ ਦੇ ਉੱਤੇ ਕੀ VOTING ਕਰਾ ਕੇ ਤੇ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਚੋਣ ਉਹ ਲੜਨ ਦੀ ਕੋਈ ਆਪਣੇ ਦਿਮਾਗ ਦੇ ਵਿੱਚ ਹੈ ਗੱਲ? ਹਾਂਜੀ ਮੈਂ ਇਹ ਗੱਲ ਤਾਂ ਮੈਂ ਕਦੀ ਸੋਚੀ ਨਹੀਂ ਹੈਗੀ ਪਰ ਬਸ ਮੈਂ ਇੱਕ ਆਪਣੀ ਇਮਾਨਦਾਰੀ ਨਾਲ ਮਿਹਨਤ ਕਰਦੀ ਆਂ। ਔਰ ਸਾਰੇ ਜਾਣਦੇ ਆ ਕਿ ਮੈਂ ਕਦੀ ਵੀ ਕਿਸੇ ਓਪੋਜੀਸ਼ਨ ਦੇ ਵਿੱਚ ਨਹੀਂ ਆਂਦੀ ਕਿਉਂਕਿ ਮੈਨੂੰ ਇੰਨਾ ਪਤਾ ਕਿ ਜਿੱਥੇ ਮੈਨੂੰ ਜਿੱਥੇ ਰੱਖਿਆ ਗਿਆ ਨਾ ਮੈਂ ਉੱਥੇ ਹੀ ਰਹਿਣਾ ਤੇ ਬਾਕੀ ਸਾਡੇ ਸੁਪਰੀਮੋ ਨੇ ਵੀ ਇੱਕ ਗੱਲ ਕਹੀ ਹੈ ਭਗਵੰਤ ਮਾਨ ਨੇ ਵੀ ਕਹੀ ਹੈ ਕਿ ਜੇ ਅਸੀਂ ਕੰਮ ਕਰਾਂਗੇ ਤੇ ਸਾਨੂੰ ਵੋਟ ਪਾ ਦਿਓ ਜੇ ਅਸੀਂ ਕੰਮ ਕਰਾਂਗੇ ਤੇ ਸਾਨੂੰ ਅੱਗੇ ਲੈ ਆਓ ਤੇ ਇਸੇ ਤਰ੍ਹਾਂ ਹੀ ਮੈਂ ਇਹ ਸੋਚਦੀ ਆ ਕਿ ਜੇ ਅਸੀਂ ਪਿੰਡ ਤੋਂ ਸ਼ੁਰੂ ਹੋ ਜਾਈਏ ਜੀ ਅਸੀਂ ਆਪਣੇ ਪਿੰਡਾਂ ਦੇ 75 ਸਾਲ ਤੁਸੀਂ ਦੇਖਿਆ ਇੱਥੇ ਅੱਜ ਤੱਕ ਕਿਸੇ ਨੇ ਮੜੀਆਂ ਚ ਮਿੱਟੀ ਨਹੀਂ ਪਵਾਈ ਤੁਹਾਡੇ ਸਾਹਮਣੇ ਹੁਣ ਪਈ ਹੈ ਨਾ ਤੇ ਜਿੱਥੋਂ ਤੱਕ ਸਾਨੂੰ ਰੱਖਣਗੇ ਤੇ ਸਾਡੀ ਪੂਰੀ ਕੋਸ਼ਿਸ਼ ਆ ਡਿਵੈਲਪਮੈਂਟ ਕਰਵਾਉਣ ਦੀ ਤੇ ਲੋਕਾਂ ਨੂੰ ਵੀ ਇਸ ਚੀਜ਼ ਵਾਸਤੇ ਜਾਗਰੂਕ ਕਰਾਉਣ ਦੀ ਕਿ ਜੋ ਇਹਨਾਂ ਨੇ 75 ਸਾਲ ਚ ਨਹੀਂ ਕੀਤਾ ਉਹ ਸਾਨੂੰ ਹੁਣ ਕਰਕੇ ਵਿਖਾਉਣਾ ਚਾਹੀਦਾ ਬਿਲਕੁਲ ਗਈ ਗੱਲ ਤੁਸੀਂ ਸਹੀ ਕਹੀ ਹੈ ਇੱਕ ਸਵਾਲ ਇੱਥੇ ਹੋਰ ਮੇਰੇ ਜ਼ਿਹਨ ਚ ਆ ਰਿਹਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦੇ ਤੁਸੀਂ ਮਹਿਲਾ ਵਿੰਗ ਦੇ ਪ੍ਰਧਾਨ ਹੋ ਰਹਿ ਤੁਸੀਂ ਇਸ ਟਾਈਮ ਗੁਰਦਾਸ ਨੰਗਲ ਦੇ ਵਿੱਚ ਰਹੇ ਹੋ ਇੱਕ ਸਵਾਲ ਦਾ ਜਵਾਬ ਦਿਓ ਵੀ ਗੁਰਦਾਸ ਨੰਗਲ ਦੇ ਵਿੱਚ ਅੱਜ ਤੋਂ ਜਾਂ ਅੱਜ ਤੋਂ ਪਹਿਲਾਂ ਜਾਂ ਅੱਜ ਤੋਂ ਬਾਅਦ ਤੁਸੀਂ ਕੀ ਕਰਨ ਜਾ ਰਹੇ ਹੋ ਜਾਂ ਕਿਹੜੇ ਕੰਮ ਕਰਨ ਜਾ ਰਹੇ ਹੋ ਜਾਂ ਗੁਰਦਾਸ ਨੰਗਲ ਦੀ ਡਿਵੈਲਪਮੈਂਟ ਬਾਰੇ ਤੁਸੀਂ ਕੀ ਸੋਚਿਆ ਜਾਂ ਕਿਸ ਤਰ੍ਹਾਂ ਕਰੋਗੇ ਕੀ ਕਰੋਗੇ ਉਹਦੇ ਤੋਂ ਥੋੜਾ ਜਿਹਾ ਜਾਣਨਾ ਪਾਓ ਹਾਂਜੀ ਅਸੀਂ ਆਪਣੇ ਪਿੰਡ ਵਾਸਤੇ ਤੇ ਹੋਰ ਵੀ ਮੈਨੂੰ ਪੰਜ ਪਿੰਡਾਂ ਦਾ ਇਹਨਾਂ ਨੇ ਦਿੱਤਾ ਹੈ ਸਾਰਾ ਜਗਰੂਪ ਜਿਹੜੇ ਸਾਡੇ ਐਮਐਲਏ ਨੇ ਹੁਣ ਜ਼ਿਲ੍ਹਾ ਬੋਰਡ ਚੇਅਰਮੈਨ ਲੱਗੇ ਨੇ ਤੇ ਬਹੁਤ ਨਾਈਸ ਪਰਸਨ ਨੇ ਤੇ ਉਹਨਾਂ ਦੇ ਕੋਲ ਅਸੀਂ ਆਪਣੀ ਡਿਵੈਲਪਮੈਂਟ ਲੈ ਕੇ ਭੇਜਦੀ ਆ ਜੋ ਵੀ ਕਾਰਜਗੁਜ਼ਾਰੀ ਹੋਣੀ ਚਾਹੀਦੀ ਸੀ ਅੱਜ ਤੱਕ ਹੋਈ ਨਹੀਂ ਆ ਪਰ ਮੇਰੇ ਮਨ ਦੇ ਵਿੱਚ ਇਹੀ ਚਾਵਾ ਕਿ ਅਸੀਂ ਸਾਰੀ ਪਾਰਟੀ ਵੀ ਬਣਾ ਲਈ ਆਪਣੀ 11 ਮੈਂਬਰੀ ਟੀਮ ਬਣਾ ਲਈ ਆ ਔਰ ਸਾਰਿਆਂ ਨਾਲ ਮੈਂ ਬਹੁਤ ਜਲਦੀ ਮੀਟਿੰਗ ਵੀ ਕਰ ਲਈ ਇੱਕ ਤੇ ਇੱਕ ਹੋਰ ਕਰਨ ਜਾ ਰਹੀ ਆ ਕਿਉਂਕਿ ਮੈਂ ਉਹਨਾਂ ਦੀਆਂ ਡਿਊਟੀਆਂ ਲਗਾਉਣੀਆਂ ਐ ਕਿ ਮੇਰਾ ਮੇਰਾ ਮੇਰੀ ਜ਼ਿੰਮੇਵਾਰੀ ਹੈਗੀ ਆ ਕਿ ਮੈਂ ਜ਼ਿਲ੍ਹੇ ਦੀ ਅਧਿਦੇਦਾਰ ਆ ਤੇ ਜ਼ਿਲ੍ਹੇ ਵਿੱਚ ਕੰਮ ਪੂਰੇ ਚ ਕਰਨਾ ਤੇ ਮੈਂ ਪਿੰਡ ਦੇ ਲੋਕਾਂ ਨੂੰ ਇਹੀ ਗੱਲ ਕਹੀ ਆ ਕਿ ਮੈਂ ਤੁਹਾਨੂੰ ਇਦਾਂ ਦਾ ਬਣਾਉਣਾ ਚਾਹੁੰਨੀ ਆ ਕਿ ਮੇਰੀ ਗੈਰ ਹਾਜ਼ਰੀ ਵਿੱਚ ਕੋਈ ਕੰਮ ਰੁਕਣਾ ਨਹੀਂ ਚਾਹੀਦਾ ਔਰ ਜੋ ਇਨ੍ਹਾਂ ਲੋਕਾਂ ਨੇ ਨਹੀਂ ਕੀਤਾ ਆ ਤੁਸੀਂ ਦੇਖ ਲਓ ਲੋਕ ਤਰਲੇ ਮਾਰਦੇ ਜੀ ਘਰ ਬਣਾ ਦਿਓ ਆ ਕਿੰਨੇ ਸਾਲ ਹੋ ਗਏ ਜੀ ਉਹ ਉੱਥੇ ਦੇ ਉੱਥੇ ਹੀ ਟਿਕੇ ਆ ਤੇ ਕਿਸੇ ਨੇ ਕੁਝ ਨਹੀਂ ਕੀਤਾ ਹੈਗਾ ਤੇ ਜ਼ਰੂਰੀ ਨਹੀਂ ਹੁੰਦਾ ਪੈਸਾ ਤੇ ਜਿਹੜਾ ਉਹ ਆਂਦਾ ਜਾਂਦਾ ਹੀ ਰਹਿੰਦਾ ਲekin ਲੋਕਾਂ ਦੀਆਂ ਦਵਾਵਾਂ ਲੈਣੀਆਂ ਇਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈਗੀ ਪਿੰਡ ਦੇ ਲੋਕਾਂ ਦਾ ਦਿਲ ਜਿੱਤਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਹਾਂਜੀ ਮੈਂ ਦਿਲ ਤੇ ਨਹੀਂ ਕਹਿ ਸਕਦੀ ਹੈਗੀ ਉਹ ਤੇ ਜੀ ਉਹ ਲੋਕ ਕਹਿਣਗੇ ਮੈਂ ਆਪਣੇ ਮੂੰਹੋਂ ਨਹੀਂ ਕਹਿ ਸਕਦੀ ਕਹਿੰਦੇ ਨਾ ਆਪਣੇ ਮੂੰਹੋਂ ਤੇ ਹਰ ਕੋਈ ਮਿੱਠੂ ਬਣ ਜਾਂਦਾ ਜੇ ਲੋਕ ਕੁਝ ਕਹਿਣ ਨਾ ਕਿ ਚੰਗੇ ਕੰਮ ਹੋਇਆ ਤੇ ਉਹਨੂੰ ਡਿਵੈਲਪਮੈਂਟ ਕਹਿੰਦੇ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿੱਦਾਂ ਕਹਿੰਦੇ ਨੇ ਤੇ ਅਸੀਂ ਹਜੇ ਕੁਝ ਨਹੀਂ ਕਰਵਾਇਆ ਅਸੀਂ ਜਦੋਂ ਸ਼ੁਰੂ ਕਰਾਂਗੇ ਕੰਮ ਕਰਵਾਵਾਂਗੇ ਉਸ ਤੋਂ ਬਾਅਦ ਲੋਕਾਂ ਦਾ ਦਿਲ ਜਿੱਤਦੇ ਜਾਂ ਨਹੀਂ ਜਿੱਤਦੇ ਉਹ ਤਾਂ ਦੁਨੀਆ ਹੀ ਜਾਣਦੀ ਤੁਸੀਂ ਆਪਣੀ ਪਾਰਟੀ ਦੇ ਜਿਹੜੇ ਸੀਨੀਅਰ ਨੇ ਤੁਹਾਡੇ ਉਹਨਾਂ ਨੂੰ ਕੋਈ ਮੈਸੇਜ ਕੋਈ ਸਵਾਲ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਆਪਣੇ ਵੱਲੋਂ ਆਪਣੇ ਪਿੰਡ ਬਾਰੇ ਜਾਂ ਆਪਣੇ ਆਲੇ ਦੁਆਲੇ ਬਾਰੇ ਕੁਝ ਦੱਸਣਾ ਚਾਹੋਗੇ ਹਾਂਜੀ ਮੈਂ ਸਾਰਿਆਂ ਨੂੰ ਇਹੀ ਇੱਕ ਮੈਸੇਜ ਦੇਣਾ ਚਾਹੁੰਦੀ ਆ ਕਿ ਜਿਸ ਥਾਲੀ ਵਿੱਚ ਖਾਈਏ ਉੱਥੇ ਕਦੀ ਛੰਨੀ ਨਾ ਕਰੀਏ ਔਰ ਅਸੀਂ ਆਪਣੀ ਪਾਰਟੀ ਨਾਲ ਫਿਲਹਾਲ ਤੇ ਅਸੀਂ ਤੁਹਾਨੂੰ ਪਤਾ ਇਸਾ ਏਰੀਆ ਚ ਹਾਰੇ ਆ ਤੇ ਉਹਨਾਂ ਨੂੰ ਮਾਲਵੇ ਨੇ ਵੱਧ ਜਤਾਇਆ ਹੈ ਤੇ ਫਿਰ ਵੀ ਉਹ ਸਾਡਾ ਧਿਆਨ ਰੱਖ ਰਹੇ ਨੇ ਇਸ ਤੋਂ ਵੱਡੀ ਕੋਈ ਗੱਲ ਹੋ ਸਕਦੀ ਹੈ ਤੇ ਬਾਕੀ ਅਸੀਂ ਕਿਸੇ ਵੀ ਯੋਜਨਾ ਦੇ ਨਾਲ ਨਾ ਪਾਰਟੀ ਵਿੱਚ ਆਈਏ ਅਸੀਂ ਇੱਕ ਆਪਣੀ ਭਾਵਨਾ ਦਿਲ ਤੋਂ ਲੋਕਾਂ ਵਾਸਤੇ ਉਹਨਾਂ ਦੇ ਕਰਕੇ ਅੱਗੇ ਆਈਏ ਕਿ ਸਾਡਾ ਪੰਜਾਬ ਬਹੁਤ ਪਿੱਛੇ ਪੈ ਗਿਆ ਸਾਡਾ ਪੰਜਾਬ ਨਸ਼ਿਆਂ 'ਚ ਰੁੱਲ ਗਿਆ ਸਾਡਾ ਪੰਜਾਬ ਜਿਹੜਾ ਘਰ ਦੇ ਘਰ ਖਾਲੀ ਹੋ ਗਏ ਔਰ ਲੋਕ ਸਾਰੇ ਬਾਹਰ ਦੇ ਮੁਲਕਾਂ 'ਚ ਚਲੇ ਗਏ ਤੇ ਮੈਂ ਇਹ ਭਗਵੰਤ ਮਾਨ ਤੇ ਸ਼੍ਰੀ ਆਪਣੇ ਸੁਪਰੀਮੋ ਨੂੰ ਵੀ ਇਹ ਗੱਲ ਕਹਾਂਗੀ ਅਰਵਿੰਦ ਕੇਜਰੀਵਾਲ ਨੂੰ ਕਿ ਉਹ ਬਹੁਤ ਜਲਦੀ ਸਾਡੇ ਪੰਜਾਬ ਦੀ ਡਿਵੈਲਪਮੈਂਟ ਕਰਨ ਬੇਰੋਜ਼ਗਾਰੀ ਅੱਗੇ ਵੀ ਉਹਨਾਂ ਨੇ ਬਹੁਤ ਨੌਕਰੀਆਂ ਦਿੱਤੀਆਂ ਇੰਡਸਟਰੀਆਂ ਲੈ ਕੇ ਆਉਣ ਤਾਂ ਕਿ ਜਿਹੜੇ ਇਹ ਆਪਣੇ ਪੰਜਾਬ ਨੂੰ ਬਚਾ ਸਕੀਏ ਔਰ ਨਸ਼ੇ ਦੇ ਉੱਤੇ ਇੱਕ ਨੱਥ ਪਾਈ ਜਾ ਸਕੇ ਕਿਉਂਕਿ ਸਭ ਤੋਂ ਜ਼ਿਆਦਾ ਮੁੱਦਾ ਇਹੀ ਬਣਿਆ ਪਹਿਲਾ ਕਿਸਾਨੀ ਇਹਦੇ ਤੇ ਮੈਂ ਇੱਕ ਪਹਿਲੇ ਵੀ ਗੱਲ ਬੋਲੀ ਸੀ ਕਿ ਕਿਸਾਨਾਂ ਨੂੰ ਦਵਾਈ ਮਾਰ ਗਈ ਤੇ ਜਵਾਨੀ ਨੂੰ ਚਟਾਈ ਮਾਰ ਗਈ ਤੇ ਜਿਹੜੇ ਬਚੇ ਸੀ ਚਮਚਾ ਗਰੀ ਉਹਨਾਂ ਨੂੰ ਲੀਡਰ ਗਰੀ ਮਾਰ ਗਈ ਬਹੁਤ ਵਧੀਆ ਗੱਲ ਹੈ ਜੀ ਤੇ ਏਸੀ ਜੀ ਸਾਡੇ ਨਾਲ ਸਰਬਜੀਤ ਕੌਰ ਜੀ ਮਹਿਲਾ ਵਿੰਗ ਆਮ ਆਦਮੀ ਦੇ ਪ੍ਰਧਾਨ ਕਰਦਾਸਪੁਰ ਤੋਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ ਆਪਣੇ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਤੇ ਹੋ ਸਕੇ ਤੇ ਵੱਤ ਵਾਦ ਨੂੰ ਸ਼ੇਅਰ ਕਰਿਓ ਤਾਂ ਕਿ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਲੋਕ ਜਾਣੂ ਹੋ ਸਕਣ ਡੀਪੀਸੀ ਪੰਜਾਬੀ ਕੈਮਰਾਮੈਨ ਪਰਮਜੀਤ ਦੇ ਨਾਲ ਧਰਮਜੀਤ ਡੀਪੀ ਧੰਨਵਾਦ